ਹਾਂਜੀ ਰਣਜੀਤ ਸਿੰਘ ਜੀ, ਕਦੋਂ ਹੋਇਆ ਸੀ ਤੁਹਾਡਾ ਮਿੰਨੀ ਗੈਸਟ੍ਰਿਕ ਬਾਈਪਾਸ? ਮੇਰਾ 11ਵੇਂ ਮਹੀਨੇ 2009 ਚ ਹੋਇਆ ਜੀ। ਹਾਂਜੀ, 4 ਸਾਲ ਹੋ ਗਏ। 4 ਸਾਲ ਹੋ ਗਏ। ਕਿੰਨਾ weight ਸੀ ਤੁਹਾਡਾ ਆਪਰੇਸ਼ਨ ਤੋਂ ਪਹਿਲਾਂ? ਮੇਰਾ ਸੀ ਜੀ 146। ਅੱਜ ਕਿੰਨਾ ਹੈ? ਅੱਜ ਹੈਗਾ ਜੀ 86। ਆਲਮੋਸਟ 90 ਕੇਜੀ ਨੀਅਰ ਰਿਡਿਊਸ ਹੋ ਗਿਆ। ਹਾਂਜੀ। ਕੀ ਦਿੱਕਤ ਆਉਂਦੀਆਂ ਸੀ ਤੁਹਾਨੂੰ ਆਪਰੇਸ਼ਨ ਤੋਂ ਪਹਿਲਾਂ? ਮੈਨੂੰ ਸ਼ੂਗਰ ਜ਼ਿਆਦਾ ਸੀਗੀ। ਹਾਂਜੀ। 450 ਸੀ ਅਤੇ ਸਾਹ ਚੜ੍ਹਦਾ ਸੀ। ਹਾਂਜੀ। ਬਲੱਡ ਪ੍ਰੈਸ਼ਰ ਸੀ ਅਤੇ ਇੱਕ ਮੈਨੂੰ ਲੱਤਾਂ ਦੀ ਬਿਮਾਰੀ ਸੀ, ਉਹ ਤਾਂ ਚਲੋ ਅਲੱਗ ਸੀਗੀ। ਹਾਂਜੀ। ਅਤੇ ਹੁਣ ਤੁਹਾਡੇ ਇਹ ਸਾਰੀਆਂ ਪ੍ਰੋਬਲਮਸ ਠੀਕ ਨੇ? ਕਦੋਂ ਤੋਂ ਠੀਕ ਹੋ ਗਈਆਂ ਸੀ ਆਪਰੇਸ਼ਨ ਤੋਂ? ਤਕਰੀਬਨ 1 ਸਾਲ ਬਾਅਦ। ਸ਼ੂਗਰ ਤਾਂ ਉਦੋਂ ਬਾਅਦ ਹੋਈ ਹੋਈ ਨਹੀਂ, ਜਿੱਦਾਂ ਵੀ ਚੈੱਕ ਕਰ ਲਓ 105 ਹੀ ਹੋਣੀ। ਹਾਂਜੀ ਹਾਂਜੀ। 100, 105, 107 ਬਸ। ਹਾਂਜੀ। ਤੇ ਤੁਸੀਂ ਕਿੰਨਾ ਕੁ ਖਾ ਲੈਂਦੇ ਹੋ ਹੁਣ? ਆਮ ਆਦਮੀ ਜਿੰਨਾ ਖਾ ਲੈਂਦੇ ਹਾਂ, ਆਮ ਡਾਇਟ, ਜੋ ਵੀ ਦੁੱਧ ਹੋਵੇ, ਦਹੀਂ ਹੋਵੇ। ਹਾਂਜੀ। ਚਾਹ, ਲੱਸੀ। ਠੀਕ ਹੈ, ਤੁਸੀਂ ਇੱਦਾਂ ਹੀ ਆਪਣੀ ਡਾਇਟ ਵਧੀਆ ਰੱਖਣੀ ਆ, ਦੁੱਧ ਦਹੀਂ ਕੱਚਾ ਪਨੀਰ ਖਾਂਦੇ ਰਹਿਣਾ ਹੈ ਤੇ ਨੌਨ ਵੈਜ ਲੈ ਲੈਂਦੇ ਹੋ ਤੁਸੀਂ? ਹਾਂਜੀ। ਉਹਨੂੰ ਵੀ ਲੈਂਦੇ ਰਹਿਣਾ ਹੈ ਰੈਗੂਲਰਲੀ ਤਾਂ ਕਿ ਕੋਈ ਕਮੀ ਨਾ ਆਵੇ। ਤੇ ਤੁਸੀਂ ਸਾਲ ਜਿਹੜੇ ਤੁਹਾਨੂੰ ਮਲਟੀਵਿਟਾਮਿਨਸ ਦਿੱਤੇ ਸੀ ਉਹ ਲੈ ਰਹੇ ਹੋ? ਹਾਂਜੀ ਬੇਟਾ, ਉਹ ਲੈ ਲੈਂਦੇ ਮਲਟੀਵਿਟਾਮਿਨ। ਹਾਂਜੀ, ਉਹ ਰੈਗੂਲਰ ਰੱਖਣੇ ਆ ਤੇ ਸਾਲ ਵਿੱਚ ਆਪਣੇ ਇੱਕ ਵਾਰ ਕੈਲਸ਼ੀਅਮ, ਆਇਰਨ ਉਹ ਮਿਲਿੰਦੇ ਰਹਿਣਾ। ਹਾਂਜੀ ਠੀਕ ਹੈ, ਉਹ ਵੀ ਤੁਸੀਂ ਆਪਣੇ ਮਲਟੀਵਿਟਾਮਿਨਸ ਰੈਗੂਲਰ ਰੱਖਣੇ ਆ ਤੇ ਸਾਲ ਵਿੱਚ ਇੱਕ ਵਾਰ ਬਲੱਡ ਦੇ ਟੈਸਟ ਜ਼ਰੂਰ ਕਰਵਾਉਣੇ ਆ ਤਾਂ ਕਿ ਜਿਹੜੀ ਵੀ ਕੋਈ ਕਮੀ ਪੇਸ਼ੀ ਆਉਂਦੀ ਆਪਾਂ ਨੂੰ ਪਤਾ ਲੱਗਦਾ। ਥੈਂਕ ਯੂ।